ਅਸਲਾਮ ਅਲੈਕਮ ਜਨਾਬ ਜਨਾਬ ਇਹ ਜੀ ਮੁਬਸ਼ਰ ਸਦੀਕ ਸਾਹਿਬ ਜਿਨ੍ਹਾਂ ਦੀ ਤੁਸੀਂ ਫੋਟੋ ਦੇਖ ਰਹੇ ਹੋ ਠੀਕ ਹੈ ਮੇਰੀ ਪੇਜ ਦੇ ਉੱਪਰ ਮੈਂ ਕਦੀ ਕਿਸੇ ਦੇ ਅਗੇਂਸ ਵੀਡੀਓ ਬਣਾਈ ਨਹੀਂ ਹੈ ਠੀਕ ਹੈ ਕਿਉਂਕਿ ਮੈਂ ਨਾ ਕਾਫੀ ਸਾਰੀਆਂ ਨਾ ਅੱਗਾ ਵੀ ਟਿਕਟੋਕ ਦੇ ਉੱਪਰ ਵੀਡੀਓ ਦੇਖਦਾ ਸੀ ਮੈਂ ਸੋਚਦਾ ਸੀ ਕਿ ਨਹੀਂ ਯਾਰ ਬੰਦੇ ਜਿਹੜਾ ਨਾ ਫੇਮ ਵਾਸਤੇ ਆਪਣੇ ਵੀਡੀਓ ਦੀ ਮਤਲਬ ਕਿ ਵਾਇਰਲ ਹੋਣ ਦੇ ਚੱਕਰ 'ਚ ਇਹੋ ਜੀ ਵੀਡੀਓ ਬਣਾਉਂਦੇ ਨੇ ਇਹ ਇਨਸਾਨੀ ਹੋ ਜਾਂ ਨਹੀਂ ਹੈ ਪਰ ਜਿਸ ਵਕਤ ਮੇਰੇ ਆ ਨਾ ਭਾਈ ਹੋਰਾਂ ਮੇਰੇ ਅਜ਼ੀਜ਼ ਦੋਸਤ ਨੇ ਵੀਡੀਓਜ਼ ਅਪਲੋਡ ਕੀਤੀਆਂ ਨਾ ਔਰ ਮੈਂ ਇਹਨਾਂ ਦੀ ਵੀਡੀਓਜ਼ ਦੇਖਿਆ ਇਹਨਾਂ ਦੇ ਮਤਲਬ ਕਿ ਰਿਮੋਸ਼ਨਲ ਦੇਖਿਆ ਇਹਨਾਂ ਦੀ ਫੀਲਿੰਗਸ ਦੇਖਿਆ ਮੈਂ ਦੇਖਿਆ ਕਿ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ ਵਾਕਈ ਜਿਹੜਾ ਨਾ ਮੁਬਸ਼ਰ صدیق ਸਾਹਿਬ ਬੰਨਿਆਂ ਦੇ ਨਾਲ ਇਹੋ ਜਿਹਾ ਬਿਹੇਵੀਅਰ ਕਰਨ ਔਰ ਮੁਬਸ਼ਰ صدیق ਸਾਹਿਬ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਕਿ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਜਿਸ ਆਵਾਮ ਕੋਲ ਤੁਸੀਂ ਅੱਜ ਹੱਥ ਬਨ ਕੇ ਮਾਫੀਆਂ ਮੰਗ ਰਹੇ ਹੋ ਨਾ ਇਸੇ ਆਵਾਮ ਨੇ ਤੁਹਾਨੂੰ ਉੱਪਰ ਲੈ ਕੇ ਆਂਦਾ ਠੀਕ ਹੈ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਪਲੀਜ਼ ਮੇਰੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਲਾਈਕ ਕਰੋ ਆਪਣੀ ਫੈਮਿਲੀ ਦੇ ਵਿੱਚ ਸ਼ੇਅਰ ਕਰੋ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਅੱਗੇ ਤੁਸੀਂ ਹੱਥ ਬੰਦਦੇ ਹੋ ਨਾ ਕਹਿੰਦੇ ਹੋ ਕਿ ਯਾਰ ਸਾਡੀ ਜਾਨ ਛੋੜੋ ਅਸੀਂ ਤੁਹਾਡੇ ਪੈਰਾਂ ਨੂੰ ਹੱਥ ਲਾਣੇ ਆ ਅਸਾਂ ਤੁਹਾਡੇ ਨਾਲ ਫੋਟੋ ਨਾਲ ਛਕਵਾ ਸਕਦੇ ਵੀਡੀਓ ਨਾਲ ਬਣਵਾ ਸਕਦੇ ਕਿਉਂ ਨਾ ਤੁਸੀਂ ਬਣਵਾ ਸਕਦੇ ਜਨਾਬ ਰੀਜ਼ਨ ਦੱਸੋ ਤੁਸੀਂ ਕਿਉਂ ਨਾ ਵੀਡੀਓ ਬਣਵਾ ਸਕਦੇ ਕਿਆ ਕਿ ਤੁਹਾਨੂੰ ਫਿਲਹਾਲ ਇੰਗਲੈਂਡ ਦੇ ਵਿੱਚ ਜਿਹੜੇ ਜਿੰਨੇ ਫੇਮਸ ਬੰਦੇ ਉਹਨਾਂ ਨੇ ਹਾਇਰ ਕੀਤੇ ਐ ਕਿਆ ਤੁਸੀਂ ਚਾਹਦੇ ਹੋ ਕਿ ਜਿਤਨਾ ਵੀ ਅਸੀਂ ਟਾਈਮ ਇੱਥੇ ਰਹੀ ਅਸੀਂ ਪੌਂਡ ਕਮਾਈਏ ਬਬਸ਼ਰ ਸਾਹਿਬ ਪੈਸਾ ਜਿਹੜਾ ਨਾ ਇਹ ਹੱਥ ਦੀ ਮੈਲ ਹੈ ਜਿਸ ਪੈਸੇ ਦੇ ਚੱਕਰ 'ਚ ਤੁਸੀਂ ਪੈਕ ਐ ਆਮ ਪਬਲਿਕ ਆਵਾਮ ਨੂੰ ਇਗਨੋਰ ਕਰ ਰਹੇ ਹੋ ਨਾ ਉਹਨਾਂ ਨੂੰ ਤੁਸੀਂ ਕੁਝ ਨਾ ਸਮਝ ਰਹੇ ਅਗਰ ਤੁਸੀਂ ਦੇਖੋ ਆਪਣੇ ਮਾਜ਼ੀ ਦੇ ਵਿੱਚ ਜਾਓ ਨਾ ਤਾਂ ਅੱਜ ਤੀ 5-6 ਸਾਲ ਪਿੱਛੇ ਤੁਸੀਂ ਚੱਲੇ ਜੋ 7 ਸਾਲ ਪਿੱਛੇ ਚੱਲੇ ਜੋ ਤਾਂ ਤੁਸੀਂ ਪਾਕਿਸਤਾਨ ਦੇ ਵਿੱਚ ਇੱਕ 15000 ਰੁਪਏ ਦੀ ਜੌਬ ਕਰਦੇ ਸੋ ਨੌਕਰੀ ਕਰਦੇ ਸੋ ਫਿਰ ਠੀਕ ਹੈ ਤੁਸੀਂ ਮਿਹਨਤ ਕੀਤੀ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਤਾਂ ਅੱਲਾਹ ਦੀ ਬਾਦ ਅਗਰ ਕੋਈ ਕਾਮਯਾਬੀ ਦਾ ਤੁਹਾਡਾ ਕੋਈ ਵਸੀਲਾ ਬਣਿਆ ਤਾਂ ਉਹ ਇਹ ਆਵਾਮ ਹੈ ਜਿਸ ਕੋਲ ਤੁਸੀਂ ਹੁਣ ਛੁਟਕਾਰਾ ਚਾਹੁੰਦੇ ਹੋ ਤਾਂ ਇਹ ਇੰਗਲੈਂਡ ਹੈ ਜਨਾਬ ਇੰਗਲੈਂਡ ਦੇ ਵਿੱਚ ਜਿਹੜਾ ਨਾ ਬੰਦਿਆਂ ਨੂੰ ਨਾ ਕਿਸੇ ਪੈਸੇ ਦੀ ਥੋੜਾ ਕਿਸੇ ਚੀਜ਼ ਦੀ ਥੋੜ ਨਹੀਂ ਹੈ ਅਗਰ ਕੋਈ ਇਨਸਾਨ ਤੁਹਾਨੂੰ ਮਿਲਣਾ ਚਾਹੁੰਦਾ ਹੈ ਤਾਂ ਤੁਹਾਡਾ ਉਹ ਜਿਹੜਾ اخلاق ਹੈ ਨਾ ਤੁਹਾਡੀ ਜ਼ੁਬਾਨ ਹੈ ਤੁਹਾਡੀ ਪਰਸਨੈਲਿਟੀ ਹੈ ਜਿਹੜਾ ਤੁਸੀਂ ਆਪਣੇ YouTube ਚੈਨਲ ਦੇ ਅੰਦਰ ਦੱਸਦੇ ਹੋ ਉਸ ਨੂੰ ਦੇਖ ਕੇ ਲੋਕ ਤੁਹਾਨੂੰ ਪਸੰਦ ਕਰਦੇ ਹਨ ਤੁਹਾਡੀ ਸਾਦਗੀ ਨੂੰ ਲੋਕ ਪਸੰਦ ਕਰਦੇ ਹਨ ਤੁਹਾਡੀ ਜ਼ੁਬਾਨ ਨੂੰ ਪਸੰਦ ਕਰਦੇ ਹਨ ਔਰ ਇਹ ਖਵਾਇਸ਼ ਕਰਦੇ ਹਨ ਕਿ ਯਾਰ ਇਹ ਦੇਖੋ ਕਿੰਨਾ ਸਿੰਪਲ ਬੰਦਾ ਸੀ ਤਾਂ ਅਸੀਂ ਇਸ ਦੇ ਨਾਲ ਮੁਲਾਕਾਤ ਕਰੀਏ ਤਜਿਲ ਉਹ ਬੰਦੇ ਤੁਹਾਡੇ ਨਾਲ ਮੁਲਾਕਾਤ ਵਾਸਤੇ ਆਉਂਦੇ ਨੇ ਕਿਸੇ ਰੈਫਰੈਂਸ ਦੇ ਥਰੂ ਤਾਂ ਤੁਸੀਂ ਜਨਾਬ ਅੱਗੂ ਜਿਹੜਾ ਆਪਣਾ ਐਟੀਟਿਊਡ ਦਿਖਾਉਂਦੇ ਹੋ ਆਪਣੀ ਮਗਰੂਰੀ ਦਿਖਾਉਂਦੇ ਹੋ ਇਹ ਹੀ ਚੀਜ਼ ਹੁੰਦੀ ਹੈ ਸਾਡੇ ਪਾਕਿਸਤਾਨ ਦੇ ਅੰਦਰ ਨਾ ਮੋਸਟਲੀ 99% ਇਹ ਚੀਜ਼ ਪਾਈ ਜਾਂਦੀ ਹੈ ਜਿੱਦਾਂ ਤੁਸੀਂ ਫੇਮਸ ਹੋ ਜਾਂਦੇ ਹੋ ਨਾ ਤੁਹਾਡ ਨੂੰ ਚਾਰ ਲੋਕ ਜਾਣ ਲਾ ਪੈਂਦੇ ਨੇ ਤੁਹਾਡੇ ਕੋਲ ਚਾਰ ਪੈਸੇ ਆ ਜਾਂਦੇ ਨੇ ਤੇ ਤੁਸੀਂ ਇਨਸਾਨ ਨੂੰ ਇਨਸਾਨ ਹੀ ਨਹੀਂ ਸਮਝਦੇ ਜਨਾਬ ਮੈਂ ਮਾਫਰਤianaਵਾ ਪਾਰੇ ਇੰਗਲੈਂਡ ਹੈ ਇੱਥੇ ਤੁਹਾਡੇ ਕੋਲ ਪੈਸਾ ਹੈ ਦੌਲਤ ਹੈ ਚੰਗੀ ਗੱਡੀ ਹੈ ਪਰ ਇਨ੍ਹਾਂ ਲੋਕਾਂ ਦੇ ਅੰਦਰ ਇਨਸਾਨੀਅਤ ਹੈ ਇਹ ਇਨਸਾਨ ਨੂੰ ਇਨਸਾਨ ਸਮਝ ਕੇ ਮਿਲਦੇ ਇਨ੍ਹਾਂ ਦੇ ਅੰਦਰ ਮਗਰੂਰੀ تکبر ਨਹੀਂ ਆਉਂਦਾ ਜਿਸ ਤਰ੍ਹਾਂ ਇਹ ਮੇਰੇ ਭਾਈ ਹੋਰ ਇਨ੍ਹਾਂ ਯਕੀਨ ਕਰੋ ਇਨ੍ਹਾਂ ਕੋਲ ਵੀ ਠੀਕ ਹੈ ਆਟੇ ਚ ਲੂਣ ਵੀ ਨਹੀਂ ਹਾਲੀ ਤੱਕ ਨਾ ਫਾਲੋਅਰ ਨਹੀਂ ਹੈ ਇਨ੍ਹਾਂ ਕੋਲ ਪਰ ਕੋਈ ਵਕਤ ਆਵੇਗਾ ਇਨਸ਼ਾਅੱਲਾ ਇਹ ਵੀ ਆਪਣੇ ਰੂਜ ਉੱਪਰ ਜਾਸਣ ਕਿਉਂਕਿ ਅੱਲਾ ਦੀ ਜ਼ਾਤ ਜਿਹੜੀ ਹੈ ਨਾ ਉਹੀ ਇੱਜ਼ਤ ਦੇਣੇ ਵਾਲੀ ਆ ਤਾਂ ਉਹੀ ਜ਼ਿਰਤ ਜ਼ਲਤ ਦੇਣੇ ਵਾਲੀ ਆ ਸੋ ਆਪਣੇ ਬਿਹੇਵੀਅਰ ਨੂੰ ਠੀਕ ਕਰੋ ਜਿੱਦਾਂ ਕੋਈ ਤੁਹਾਨੂੰ ਕੋਈ ਬੰਦਾ ਮਿਲਣਾ ਆਉਂਦਾ ਹੈ ਨਾ ਉਸ ਦੇ ਨਾਲ اخلاق ਦੇ ਨਾਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਮਿਲੋ ਇੱਕ ਫੋਟੋ ਛਕਾਣ ਦੇ ਨਾਲ ਜਾਂ ਵੀਡੀਓ ਬਣਾਣ ਦੇ ਨਾਲ ਤੁਹਾਡਾ ਕੀ ਜਾਏਗਾ ਜਨਾਬ ਇੰਗਲੈਂਡ ਹੈ ਇੰਗਲੈਂਡ ਤੁਸੀਂ ਕੀ ਸੋਚਦੇ ਹੋ ਵੀ ਇੱਥੇ ਹਰ ਬੰਦਾ ਆਮ ਬੈਠੇ ਆ ਐਸੇ ਤਰੀਕੇ ਬੈਠੇ ਆ ਸਾਰੇ ਵੇਲੇ ਨੇ ਇਥਾ ਕੋਈ ਬੰਦਾ ਵੇਲਾ ਨਹੀਂ ਅਗਰ ਕੋਈ ਤੁਹਾਨੂੰ ਮਿਲਣ ਆਉਂਦਾ ਤਾਂ ਸਪੈਸ਼ਲ ਟਾਈਮ ਕੱਢ ਕੇ ਆਉਂਦਾ ਵੈ ਔਰ ਕਿਸੇ ਦੇ ਰੈਫਰੈਂਸ ਦੇ ਨਾਲ ਆਉਂਦਾ ਵੈ ਐਵੇਂ ਇਥੇ ਇੰਗਲੈਂਡ ਦੇ ਵਿੱਚ ਕੋਈ ਬੰਦਾ ਨਹੀਂ ਮੂੰਹ ਚੁੱਕਿਆ ਜਾਂਦਾ ਕਿਸੇ ਨੂੰ ਮਿਲਣ ਠੀਕ ਹੈ ਉਹ ਜਿਨ੍ਹਾਂ ਦੇ ਥਰੂ ਤੁਹਾਡੇ ਕੋਲ ਗਏ ਸਨ ਨਾ ਉਹਨਾਂ ਦੇ ਉਹਨਾਂ ਦੇ ਤਲਕਾਤ ਨੂੰ ਨਾਲ ਦੇ ਨਾਲ ਠੀਕ ਹੈ ਔਰ ਇਹ ਮੇਰੇ ਭਾਈ ਹੋਰੀ ਯਕੀਨ ਕਰੋ ਫੀਸ ਬਿਲਕੁਲ ਲੋਕਾਂ ਦੀ ਐਡਵਰਟਾਈਜ਼ ਕਰਦੇ ਨੇ ਕਿਸੇ ਕੋਲ ਇੱਕ ਪੈਣੀ ਵੀ ਨਹੀਂ ਲੈਂਦੇ ਇਹਨਾਂ ਦਾ YouTube ਦਾ ਚੈਨਲ ਹੈ ਦੇਸੀ ਜੱਟ ਯੂਕੇ ਠੀਕ ਹੈ ਫੀਸ ਵੀ ਲੈ ਲਾ ਜਨਾਬ ਮੇਰੀ ਹੈਲਪ ਕਰਦੇ ਨੇ ਕਿਤਨੀ ਮਨੂ ਪ੍ਰਮੋਟ ਕਰਦੇ ਨੇ ਮੈਂ ਇਹਨਾਂ ਨੂੰ ਇੱਕ ਦਫਾ ਫੋਨ ਕੀਤਾ ਵਾ ਇਹਨਾਂ ਨੇ ਯਕੀਨ ਕਰੋ ਮੇਰੇ ਫੋਨ ਨੂੰ ਇਗਨੋਰ ਨਹੀਂ ਕੀਤਾ ਬਕਾਇਦਾ ਚੁੱਕਿਆ ਪਿਆਰ ਮੁਹੱਬਤ اخلاق ਦੇ ਨਾਲ ਜਿਸ ਚੀਜ਼ ਦੀ ਮਨੂ ਜ਼ਰੂਰਤ ਸੀ ਉਹਨਾਂ ਨੇ ਮਨੂ ਉਹ ਮਤਲਬ ਕਿ ਚੀਜ਼ ਦਿੱਤੀ ਹੈ ਔਰ ਮਨੂ ਗਾਈਡ ਕਰਦੇ ਨੇ ਹੁਰਮ ਐਸਰਾਕਾਰ ਐਸਰਾਕਾਰ ਐਸਰਾਕ ਇਹ ਹੁੰਦੀ ਹੈ ਇਨਸਾਨੀਅਤ ਇਹ ਹੁੰਦਾ ਪਿਆਰ ਮੁਹੱਬਤ ਐ اخلاق ਠੀਕ ਐ ਇਸ ਦੁਨੀਆ ਤੇ ਇਨਸਾਨ ਨਾ ਕੁਝ ਨਹੀਂ ਲੈ ਕੇ ਜਾਣਾ ਮੁਬਸ਼ਰ ਸਾਹਿਬ ਅਗਰ ਕਿਸੇ ਨਾ ਕੁਝ ਲੈ ਕੇ ਜਾਣਾ ਤਾਂ ਉਹ ਐ ਆਪਣਾ اخلاق ਠੀਕ ਐ ਤਾਂ ਇਹ ਪੈਸਾ ਜਿਹੜਾ ਨਾ ਅੱਗੇ ਵੀ ਮੈਂ ਦੱਸਿਆ ਹੱਥ ਦੀ ਮਹਿਲ ਐ ਇਹ ਅੱਜ ਮੇਰੇ ਕੋਲ ਐ ਕੱਲ ਤੁਹਾਡੇ ਕੋਲ ਐ ਤਾਂ ਪਰਸੂ ਕਿਸੇ ਹੋਰ ਕੋਲ ਹੋਸੀ ਇੰਗਲੈਂਡ ਵਿੱਚ ਹਰ ਬੰਦੇ ਕੋਲ ਜਿਹੜਾ ਦੂਸਰੇ ਬੰਦੇ ਕੋਲ ਪੈਸਾ ਵੈ ਠੀਕ ਐ ਤਾਂ ਤੁਸੀਂ ਨਵੇਂ ਨਵੇਂ ਇੰਗਲੈਂਡ ਆਏ ਹੋ ਜਨਾਬ ਅਸਾਂ ਨੂੰ ਇਤਨਾ ਟਾਈਮ ਤਾਂ ਨਹੀਂ ਹੋ ਗਿਆ ਬਾਲੇ ਐ ਕਿ ਠੀਕ ਠਾਕ ਵਕਤ ਗੁਜ਼ਰ ਗਿਆ ਸਾਡਾ ਇੰਗਲੈਂਡ ਦੇ ਵਿੱਚ ਤੈ ਹਰ ਆਮ ਬੰਦੇ ਦੇ ਨਾਲ ਟਾਈਮ ਸਪੈਂਡ ਕਰੋ ਤੈ ਆਪਣੀ ਕੋਈ ਵੀਡੀਓਜ਼ ਅਪਲੋਡ ਕਰੋ ਠੀਕ ਹੈ ਤੈ ਇਸ ਤਰ੍ਹਾਂ ਪਬਲਿਕ ਦੇ ਨਾਲ ਨਾ ਕਰੋ ਠੀਕ ਹੈ ਨਾ ਇਹ ਜਿੰਨੇ ਨਾ ਅਕਬਰਸ ਹੋ ਗਿਆ ਜਿੰਨੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਨੇ ਤੁਹਾਡੀਆਂ ਵੀਡੀਓ ਕੋ ਨਹੀਂ ਦੇਖਣੀਆਂ ਇਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਯੂਕੇ ਦੇ ਅੰਦਰ ਤੁਸੀਂ ਖੁਦ ਕਿਹਾ ਕਿ ਸਭ ਨਾਲ ਜ਼ਿਆਦਾ ਮੇਰੀ ਵੀਡੀਓਜ਼ ਦੇਖੀ ਜਾਂਦੀ ਹੈ ਉਪਾਏ ਜੀ ਇਹ ਲੋਕ ਵੀਡੀਓਜ਼ ਦੇਖ ਦੇਣ ਤਾਂ ਤੁਹਾਨੂੰ ਪੈਸੇ ਲੱਭਦੇ ਨਾ ਤੁਹਾਡੀ ਵੀਡੀਓ ਦੇ ਉੱਪਰ ਵਿਊ ਆਮਦਣ ਦਾ ਤੁਹਾਨੂੰ ਪੈਸੇ ਲੱਭਦੇ ਨਾ ਇਹ ਜਿਹੜੇ ਬ੍ਰਾਂਡ ਅੱਜ ਕੱਲ ਤੁਸੀਂ ਮਨਪਤਾ ਹੈ ਕਿ ਤੁਹਾਨੂੰ ਬੜੇ ਪੈਸੇ ਲੱਭਦੇ ਨੇ ਠੀਕ ਹੈ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਬਸ ਪੈਸਾ ਛਿੱਕੋ ਛਿੱਕ ਛਿੱਕੋ ਛਿੱਕ ਪੈਸਾ ਜਿਹੜਾ ਕੁਝ ਵੀ ਨਹੀਂ ਹੈ ਤੁਸੀਂ بڑے ਬੰਦਿਆਂ ਦਾ ਦਿਲ ਜਨਾਬ ਦੁਖਾਇਆ ਵਾ ਹੁਣ ਦੇਖ ਲਓ ਕਿ ਹਰ ਬੰਦਾ ਤੁਹਾਡੇ ਉੱਪਰ ਵੀਡੀਓ ਕਿਉਂ ਬਣਾਉਂਦਾ ਕਿਉਂਕਿ ਤੁਹਾਨੂੰ ਸਾਰਿਆਂ ਨਾਲ ਪਰਸਨਲੀ ਨਹੀਂ ਸੀ ਜਾਣਿਆ ਹੁਣ ਹਰ ਬੰਦਾ ਵੀਡੀਓ ਅਪਲੋਡ ਕਰਦਾ ਤੁਹਾਡੇ ਅਗੇਂਸ ਕਿਉਂ ਤੇ ਤੁਹਾਡਾ ਅਸਲੀ ਚਿਹਰਾ ਹੁਣ ਲੋਕ ਦੇਖਦੇ ਨਪੇ ਸੋ ਤੁਹਾਡੇ ਅਗੇ ਰਿਕੁਐਸਟ ਹੈ ਕਿ ਜੇ ਲਾ ਕੋਈ ਬੰਦਾ ਆਮ ਮੇਰੇ ਜਿਹਾ ਬੰਦਾ ਆਉਂਦਾ ਨਾ ਮਿਲਣ ਉਸ ਨੂੰ ਬਕਾਇਦਾ ਥੋੜਾ ਜਿਹਾ ਟਾਈਮ ਦਿਓ ਸਪੈਂਡ ਦਿਓ ਕਿ ਆ ਇੱਕ ਦੋ ਮਿੰਟ ਦੀ ਵੀਡੀਓ ਅਗਲਾ ਬੰਦਾ ਬਣਾ ਲੈਸੀ ਤੁਹਾਡਾ ਕੁਝ ਨਹੀਂ ਜਾਣ ਲਈ ਤੇ ਤੁਹਾਡੀ ਹੋਰ ਇੱਜ਼ਤ ਜ਼ਿਆਦਾ ਹੋਸੀ ਹੋਰ ਤੁਹਾਨੂੰ ਫਾਲੋਅਰ ਲਵਸਣ ਪਰ ਇਸ ਰਾਨਾ ਕਰੋ ਠੀਕ ਹੈ ਨਾ ਇਹ ਜਿਹੜੇ ਬ੍ਰਾਂਡ ਦੇ ਨਾਲ ਤੁਸੀਂ ਲੱਗੇ ਹੋ ਨਾ ਅੱਜ ਕੱਲ ਜਿਹੜੇ ਤੁਸੀਂ ਲੱਗੇ ਹੋ ਵੀਡੀਓ ਬਣਾਉਣ ਯਕੀਨ ਕਰੋ ਇਹ ਆਮ ਆਵਾਮ ਨੇ ਤੁਹਾਨੂੰ ਉੱਪਰ ਲੈ ਕੇ ਆਂਦਾ ਤਾਂ ਇਹ ਤੁਹਾਡੇ ਤੱਕਣ ਪਹੁੰਚੇ ਨੀ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਸੀ ਮੁਬਸ਼ਰ ਸਦੀਕ ਹੈ ਕੌਣ ਠੀਕ ਹੈ ਨਾ ਇਹ ਸਾਡੇ ਜੇ ਮਾੜਿਆਂ ਬੰਦਿਆਂ ਨੇ ਤੁਹਾਡੀਆਂ ਵੀਡੀਓ ਦੇਖ ਕੇ ਤੁਹਾਡੀ 사ਦਗੀ ਦੇਖ ਕੇ ਤੁਹਾਡਾ اخلاق ਦੇਖ ਕੇ ਤੁਹਾਡੀ ਪਸਨਲਿਟੀ ਦੇਖ ਕੇ ਤਾਂ ਤੁਹਾਨੂੰ ਪ੍ਰਮੋਟ ਕੀਤਾ ਤੁਹਾਨੂੰ ਸਪੋਰਟ ਕੀਤਾ ਅੱਜ ਵੀ ਤੁਸੀਂ ਜਿੱਲਾ ਵੀਡੀਓ ਅਪਲੋਡ ਕਰਦੇ ਹੋ ਨਾ ਤੁਸੀਂ ਇਹ ਹੀ ਕਹਿੰਦੇ ਹੋ ਕਿ ਨਵੇਂ ਬੰਦੇ ਜੁਆਇਨ ਜਿਹੜੇ ਕਰਦੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਕਿਹੜੇ ਮੂੰਹ ਨਾਲ ਸਬਸਕ੍ਰਾਈਬ ਕਰਨ ਕਿਹੜੇ ਹੱਥ ਨਾਲ ਸਬਸਕ੍ਰਾਈਬ ਕਰਨ ਤੁਸੀਂ ਤਾਂ ਜਿੱਲਾ ਫੇਮਸ ਹੋ ਤੁਸੀਂ ਉਹ ਜੇ ਬੰਦਿਆਂ ਨੂੰ ਮੂੰਹ ਲਾਣਾ ਲਾਣਾ ਨਾ ਸਮਝਦੇ ਤੁਸੀਂ ਉਹਨਾਂ ਦਾ ਨਾਲ ਫੋਟੋ ਛਕਵਾਣਾ ਨਾ ਸਮਝਦੇ ਤਾਂ ਕਿਸ ਤਰ੍ਹਾਂ ਬੰਦੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਸੋ ਪਲੀਜ਼ ਮੇਰੀ ਤੁਹਾਡੇ ਇੱਕ ਰਿਕਵੈਸਟ ਹੈ ਠੀਕ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਸੀਂ ਆਪਣੀ ਇਮੇਜ ਖੁਦ ਖਰਾਬ ਕਰ ਰਹੇ ਹੋ ਆਪਣੇ ਉੱਪਰ ਖੁਦ ਦਾਗ ਲਗਾ ਰਹੇ ਹੋ ਠੀਕ ਹੈ ਨਾ ਜਿਹੜਾ ਬੰਦਾ ਮਿਲਣ ਆਉਂਦਾ ਕਿਸੇ ਰੈਫਰੈਂਸ ਦੇ ਨਾਲ ਠੀਕ ਹੈ ਉਹਦੇ ਨਾਲ اخلاق ਪਿਆਰ ਮੁਹੱਬਤ ਦੇ ਨਾਲ ਮਿਲੋ ਤੈ ਆਪਣਾ ਟਾਈਮ ਸਪੈਂਡ ਕਰੋ ਤੈ ਫਿਰ ਵੀ ਤੁਹਾਨੂੰ ਜਿਹੜਾ ਨਾ ਲੋਕ ਯਾਦ ਰੱਖਣ ਆਪਣਾ ਆਪਣੇ ਆਪਣੇ ਆਪ ਨੂੰ ਅਕਿਆ ਦਿਨ ਇਸ ਤਰ੍ਹਾਂ ਦੁਨੀਆ ਦਾ ਛੋੜ ਕੇ ਜਾਓਗੇ ਤੁਹਾਨੂੰ ਦੁਨੀਆ ਯਾਦ ਕਰਾ ਠੀਕ ਹੈ ਤਾਂ ਹੁਣ ਦਵਾਵਾਂ ਯਾਦ ਰੱਖੋ ਕੋਈ ਗਲਤੀ ਖਤਾਈ ਹੋ ਗਈ ਆ ਤਾਂ ਅਸੀਂ ਤੁਹਾਡੇ ਕੋਲ ਜਨਾਬ ਮਾਫੀ ਮੰਗਨੇ ਆ ਤਾਂ ਇਸ ਤਰ੍ਹਾਂ ਬਿਲਕੁਲ ਬੰਦਿਆਂ ਦੇ ਨਾਲ ਨਾ ਕਰੋ ਤਾਂ ਤੁਹਾਡੇ ਗਾ ਰਿਕਵੈਸਟ ਕਰਦੇ ਆ ਤਾਂ ਦਵਾਵਾਂ ਯਾਦ ਰੱਖੋ ਤਾਂ ਰੱਬ ਰੱਖਾ ਤੇ ਅੱਲਾਹ ਨੇ ਗਰਬਾਨ ਤਾ ਅੱਲਾ ਹਾਫਿਜ਼